ਅੰਮ੍ਰਿਤਸਰ ਦੇ ਨੌਰਥ ਹਲਕੇ ਵਿੱਚ ਇਹ ਇਲਾਕਾ ਪੈਂਦਾ ਕੋਟ ਰੋਡ ਟੋਕਰੀਆਂ ਵਾਲੀ ਗਲੀ ਜਿੱਥੇ ਕਿ ਸਨਸਨੀਖੇਜ਼ ਮਾਮਲਾ ਵਾਪਰਿਆ। ਤੜਕਸਾਰ 4 ਦੇ ਕਰੀਬ ਲੁਟੇਰਿਆਂ ਨੇ ਇੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ MLA ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਟੀਮ ਹੈ ਉਹ ਇੱਥੇ ਪਹੁੰਚੀ ਹੈ। ਮੇਰੇ ਨਾਲ ਅਮਨ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ। ਭਾਅ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਇੱਥੇ ਵਾਪਰਿਆ? ਬਹੁਤ ਦੰਪਤੀ ਨੇ ਵੀ ਕੁੱਟਮਾਰ ਕੀਤੀ ਗਈ। ਦੇਖੋ ਸਿਕੰਦਰ ਜੀ, ਬੜੀ ਮੰਦਭਾਗੀ ਘਟਨਾ ਸਾਡੇ ਨੌਰਥ ਇਲਾਕੇ 'ਚ ਹੋਈ ਆ। ਅਮੂਮਨ ਜਿੱਥੇ ਕੋਰ ਵਿਜੇ ਪ੍ਰਤਾਪੀ ਦਾ ਇਲਾਕਾ, ਇਹੋ ਜਿਹੀ ਘਟਨਾ ਕਦੀ ਹੋਈ ਨਹੀਂ ਹੈ। ਬਟ ਫਿਰ ਵੀ ਜਿਸ ਤਰ੍ਹਾਂ ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ, ਅਤੇ ਜਿਸ ਤਰ੍ਹਾਂ ਇੱਕ MLA ਸਾਹਿਬ ਦੀ MLA ਸਾਨੂੰ ਪਤਾ ਲੱਗਾ ਅਤੇ ਉਹਨਾਂ ਨੇ ਸਾਨੂੰ ਇੰਸਟਰਕਸ਼ਨ ਦਿੱਤੀ ਕਿ ਉੱਥੇ ਪਹੁੰਚੋ। ਸਾਡੀ ਟੀਮ ਸਵੇਰੇ ਵੀ ਆਈ ਸੀ, ਆਪਾਂ ਫਿਰ ਦੁਬਾਰਾ ਇੱਥੇ ਆਏ ਹਾਂ। ਇਹ ਤਕਰੀਬਨ ਕੋਈ 4:30-5 ਦੀ ਵਾਰਦਾਤ ਹੈ। ਕੋਈ ਇੱਥੇ 4-5 ਚੋਰਾਂ ਨੇ ਦਸਤਕ ਦਿੱਤੀ ਹੈ, ਉਹਦੇ ਵਿੱਚ ਇਹਨਾਂ ਦਾ ਜਿਹੜਾ ਕਿ ਕੋਟ ਰੋਡ ਦਾ ਇਲਾਕਾ ਹੈ, ਕੋਟ ਰੋਡ ਦੀ ਟੋਕਰੀ ਵਾਲਾ ਮਹੱਲਾ ਪੈਂਦਾ, ਅਤੇ ਉਹਦੇ ਵਿੱਚ 51C ਹੈ, ਕੋਠੀ ਹੈ, ਬੈਲ ਸਾਹਿਬ ਦਾ ਘਰ ਹੈ, ਬੈਲ ਸਾਹਿਬ ਆੜਤੀ ਹੈ, ਅਤੇ ਤਕਰੀਬਨ 4:30-4 ਆ ਵਾਰਦਾਤ ਹੈ। ਉਹਨਾਂ ਨੇ ਇਹਨਾਂ ਨੂੰ ਬੰਨਿਆ, ਬੰਨ ਕੇ, ਅਤੇ ਕੋਈ ਜਿੱਥੇ ਤੱਕ ਸਾਡਾ ਲੱਗ ਰਿਹਾ ਕਿ ਕੋਈ ਭੇਤੀ ਹੀ ਹੈ, ਹੋ ਸਕਦਾ ਕੰਮ, ਕਿਉਂਕਿ ਇਹਨਾਂ ਨੇ ਇਹਨਾਂ ਨੂੰ ਬੰਨਿਆ। ਫਿਰ ਉਹ ਪ੍ਰੋਪਰ ਉਹੀ ਕਮਰੇ 'ਚ ਗਏ ਜਿੱਥੇ ਇਹਨਾਂ ਦੀ ਜਵੈਲਰੀ 'ਤੇ ਕੈਸ਼ ਪਿਆ ਸੀਗਾ। ਲਗਭਗ ਕੋਈ 95 ਲੱਖ ਦੇ ਕਰੀਬ ਕੈਸ਼ ਦੱਸਿਆ ਜਾ ਰਿਹਾ, ਅਤੇ ਕੋਈ ਹੋਰ ਸੋਨਾ ਪਾ ਕੇ ਕੋਈ ਟੋਟਲ ਕੋਸਟ ਜਿਹੜੀ ਹੈ ਜਾਂ ਟੋਟਲ ਜਿਹੜੀ ਪ੍ਰਾਈਜ਼ ਆ ਉਹ 2.5-3 ਕਰੋੜ ਦੇ ਕਰੀਬ ਹੋਈ ਹੈ। ਜਿਸ ਤਰ੍ਹਾਂ ਹੀ ਸਾਨੂੰ MLA ਸਾਹਿਬ ਨੇ ਦੱਸਿਆ ਸੀ, ਪਹੁੰਚੇ MLA ਸਾਹਿਬ ਨੇ, SHO ਸਾਹਿਬ ਨੂੰ, DSP ਸਾਹਿਬ ਨੂੰ, ਕਮਿਸ਼ਨਰ ਸਾਹਿਬ ਨਾਲ ਵੀ ਗੱਲ ਕੀਤੀ ਹੈ ਔਰ ਪੂਰੀ ਉਹਨਾਂ ਨੂੰ ਫੋਲੋਅਪ ਕਰ ਰਹੇ ਹੈ, ਅਤੇ ਪੂਰੀ ਡਿਟੇਲ ਲੈ ਕੇ MLA ਸਾਹਿਬ, DGP ਸਾਹਿਬ ਨਾਲ ਵੀ ਗੱਲ ਕਰ ਰਹੇ ਹੈ, ਅਤੇ ਆਸ਼ਾ ਕਰਦੇ ਹਾਂ ਕਿ ਇਹ ਚੋਰੀ ਜਲਦੀ ਤੋਂ ਜਲਦੀ ਟਰੇਸ ਕਰ ਲਿੱਤੀ ਜਾਏਗੀ ਅਤੇ ਇਹਨਾਂ ਨੂੰ ਜਿਹੜੀ ਨੁਕਸਾਨ ਦੀ ਭਰਪਾਈ ਕੀਤੀ ਜਾਏਗੀ। ਕਿਉਂਕਿ ਇਸ ਤੋਂ ਪਹਿਲੇ ਵੀ ਇੱਕ NM ਥੀਏਟਰ ਦੇ ਇੱਕ ਲਾਗੇ ਵੀ NM ਥੀਏਟਰ ਦੇ ਲਾਗੇ ਵੀ ਇਹੋ ਜਿਹੀ ਚੋਰੀ ਹੋਈ ਸੀਗੀ, ਅਤੇ ਅਸੀਂ ਉਹ ਫੋਲੋਅਪ ਕੀਤਾ ਸੀਗਾ, ਕੁੰਵਰ ਸਾਹਿਬ ਨੇ ਫੋਲੋਅਪ ਕਰਵਾਇਆ ਸੀਗਾ। ਉਸ ਟਾਈਮ ਖੋਸਾ ਸਾਹਿਬ ਸੀਗੇ, DS ਆਪਣਾ ਅਨਮੋਲਕ ਜੀ, SHO ਸੀਗੇ, ਉਹ ਸਾਰਾ ਅਸੀਂ ਫੋਲੋਅਪ ਕਰਕੇ ਉਹ ਸਾਰਾ ਮਾਮਲਾ ਵਿਦਿਨ 15 ਦਿਨ ਟਰੇਸ ਕਰਾ ਲਿਆ ਸੀ, ਅਤੇ ਆਸ਼ਾ ਕਰਦੇ ਹਾਂ ਇਹ ਸਾਰਾ 15-20 ਦਿਨਾਂ ਦੇ ਵਿੱਚ ਟਰੇਸ ਕਰ ਦਿੱਤਾ ਜਾਏਗਾ ਜੀ। ਪਰ ਜੋ ਗੱਲ ਕਰ ਲਈ ਲੁਟੇਰਿਆਂ ਦੇ ਹੌਸਲੇ ਕਿੰਨੇ ਵਧੇ ਹੋਏ ਨੇ, ਉਹਦੇ ਬਾਰੇ ਕੀ? ਇਹ ਸਰ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਪੰਜਾਬ ਇੱਕ ਨਸ਼ੇ ਦੀ ਮਾਰ 'ਚੋਂ ਲੰਘ ਰਿਹਾ ਵੈ, ਨਸ਼ਾ ਸਾਰੇ ਪਾਸੇ ਫੈਲਿਆ ਹੈ, ਅਤੇ ਲੁਟੇਰੇ ਬਹੁਤ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਸੇ ਕਰਕੇ ਸ਼ੁਰੂ ਤੋਂ ਅਸੀਂ ਜ਼ੋਰ ਲਾ ਰਹੇ ਸੀਗੇ ਕਿ MLA ਸਾਹਿਬ ਨੂੰ ਹੋਮ ਮਿਨਿਸਟਰੀ ਦਿੱਤੀ ਜਾਵੇ, ਕੁੰਵਰ ਸਾਹਿਬ ਨੂੰ, ਪਰ ਚਲੋ ਸਰਕਾਰ ਦੀ ਕਿਤੇ ਨਾ ਕਿਤੇ ਆਪਣੀਆਂ ਨੀਤੀਆਂ ਹੁੰਦੀਆਂ, ਆਪਣੀ ਪੋਲਿਸੀਜ਼ ਹੁੰਦੀਆਂ ਵੈ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ, ਲੁਟੇਰਿਆਂ ਦੇ ਹੌਸਲੇ ਵਾਕਈ ਬੜੇ ਬੁਲੰਦ ਹੈ, ਕਿਉਂਕਿ ਉਹ ਕਹਿੰਦੇ ਕਿ 3 ਵਜੇ ਇੱਥੇ ਆ ਕੇ ਬੈਠੇ ਸੀ, CCTV ਵਿੱਚ ਉਹਨਾਂ ਦੀ ਰਿਕਾਰਡਿੰਗ ਆਈ ਹੈ, ਉਹ ਪਹਿਲੇ ਬੈਠੇ ਰਹੇ ਇੱਥੇ ਆ ਕੇ, ਜਿਸ ਤਰ੍ਹਾਂ ਇਹਨਾਂ ਦਾ 4:30-5 ਵਜੇ ਮੰਡੀ ਜਾਣ ਦਾ ਟਾਈਮ ਹੁੰਦਾ, ਉਸ ਸਭ ਨੇ ਇਹਨਾਂ ਨੇ ਇੱਥੇ ਦਸਤਕ ਦਿੱਤੀ ਹੈ, ਅਤੇ ਇਹਨਾਂ ਨਾਲ ਬੜੀ ਮੰਦਭਾਗੀ ਘਟਨਾ ਹੋ ਗਈ ਜੀ। ਇੱਕ ਹੋਰ ਲਾਇਸੈਂਸੀ ਜਿਹੜੀ ਰਿਵਾਲਵਰ ਸੀ ਉਹ ਵੀ ਲੈ ਗਏ ਨੇ? ਹਾਂ, ਪਤਾ ਲੱਗਾ ਜੀ, ਲਾਇਸੈਂਸੀ ਰਿਵਾਲਵਰ ਇਹਨਾਂ ਦੀ ਲੈ ਗਏ ਆ, ਅਤੇ MLA ਕੁੰਵਰ ਸਾਹਿਬ ਨੂੰ ਦੱਸ ਦਿੱਤਾ ਗਿਆ ਕਿਤੇ ਉਹ ਮਿਸਯੂਜ਼ ਨਾ ਕਰਨ ਉਹ ਰਿਵਾਲਵਰ ਨੂੰ, ਅਤੇ ਹੋਰ ਵੀ ਕਿਤੇ ਅੱਗੇ ਜਾ ਕੇ ਨੁਕਸਾਨ ਨਾ ਕਰਨ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਲਿਆ ਜਾਏਗਾ। ਧੰਨਵਾਦ। ਬਿਲਕੁਲ ਜੀ, ਟੀਮ ਕੁੰਵਰ ਵਿਜੇ ਪ੍ਰਤਾਪ ਜਿਹੜੀ ਕਿੱਥੇ ਅਮਨ ਦੇ ਨਾਲ ਹੋਰ ਵੀ ਟੀਮ ਦੇ ਮੈਂਬਰ ਪਹੁੰਚੇ ਹੋਏ ਨੇ, ਕਿਉਂਕਿ ਬਹੁਤ ਹੀ ਮੰਦਭਾਗੀ ਅਤੇ ਸਨਸਨੀਖੇਜ਼ ਘਟਨਾ ਵਾਪਰੀ ਹੈ, ਔਰ ਇੱਥੋਂ ਇੰਝ ਜਾਪਦਾ ਵੀ ਲੁਟੇਰਿਆਂ ਦੇ ਹੌਸਲੇ ਬਹੁਤ ਜ਼ਿਆਦਾ ਬੁਲੰਦ ਨੇ, ਲਗਾਤਾਰ ਪੁਲਿਸ ਨੂੰ ਚੈਲੰਜ ਕਰਦੇ ਹੋਏ ਵਿਖਾਈ ਦੇ ਰਹੇ ਨੇ, ਔਰ ਇਹ ਕੰਧ ਹੈ ਜਿਹੜੀ ਕਿ ਜਿੱਥੇ ਲੁਟੇਰੇ ਇੱਥੋਂ ਟੱਪ ਕੇ ਅੰਦਰ ਦਾਖਲ ਹੁੰਦੇ ਨੇ ਕੋਠੀ ਵਿੱਚ, ਅਤੇ ਕਰੀਬ ਕਰੀਬ 3 ਵਜੇ ਤੜਕਸਾਰ ਉਹ ਦਾਖਲ ਹੁੰਦੇ ਨੇ, ਅਤੇ ਉਸ ਤੋਂ ਬਾਅਦ 1-1.5 ਘੰਟਾ ਦੀ ਉਡੀਕ ਤੋਂ ਬਾਅਦ ਜਦੋਂ ਘਰ ਦਾ ਅੰਦਰਲਾ ਦਰਵਾਜ਼ਾ ਖੁੱਲ੍ਹਦਾ ਤਾਂ ਉਦੋਂ ਜਿਹੜੇ ਵੀ ਘਰ ਦੇ ਮਾਲਕਣ ਨੇ, ਬਜ਼ੁਰਗ ਆਂਟੀ ਨੇ, ਉਹਨਾਂ ਨੂੰ ਧਰਦ ਬੋਝਦੇ ਨੇ ਅਤੇ ਅੰਦਰ ਸੁੱਟ ਲੈਂਦੇ ਨੇ, ਅਤੇ ਉਸ ਤੋਂ ਬਾਅਦ ਜਿਹੜੇ ਅੰਕਲ ਨੇ ਇਸ ਘਰ ਦੇ ਮਾਲਕ, ਉਹ ਵੀ ਬਜ਼ੁਰਗ ਨੇ, ਉਹਨਾਂ ਨੂੰ ਵੀ ਬੰਨ ਦਿੱਤਾ ਜਾਂਦਾ ਅਤੇ ਨਾਲ ਉਹਨਾਂ ਨੂੰ ਕੁੱਟਮਾਰ ਵੀ ਕੀਤੀ ਜਾਂਦੀ ਹੈ, ਅਤੇ ਉਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੈ। ਬਹੁਤ ਵੱਡੀ ਜਿਹੜੀ ਘਟਨਾ ਵਾਪਰੀ ਹੈ, ਔਰ ਟੀਮ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਜਿਹੜੇ ਅਮਨ ਨੇ ਉਹਨਾਂ ਵੱਲੋਂ SHO ਨਾਲ ਵੀ ਗੱਲਬਾਤ ਕੀਤੀ ਗਈ ਹੈ, MLA ਸਾਹਿਬ ਦੀ ਵੀ ਗੱਲਬਾਤ ਕਰਵਾਈ ਗਈ ਹੈ, ਔਰ ਭਰੋਸਾ ਤਾਂ ਇਹੀ ਦਿੱਤਾ ਜਾ ਰਿਹਾ ਵੀ ਛੇਤੀ ਤੋਂ ਛੇਤੀ ਜਿਹੜੇ ਲੁਟੇਰੇ ਨੇ ਉਹ
ਫੜੇ ਜਾਣਗੇ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।